ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਖਰੀਆਂ ਗੱਲਾਂ ਦੇ ਵਿੱਚ ਤੁਹਾਡਾ ਸਵਾਗਤ। ਅੱਜ ਅਸੀਂ ਖਰੀਆਂ ਗੱਲਾਂ ਕਰਨੀਆਂ ਨੇ ਸਰਦਾਰ ਹਰਚਰਨ ਸਿੰਘ ਨਾਲ, ਜਿਹੜੇ ਚੀਫ ਸੈਕਟਰੀ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਤੋਂ ਪਹਿਲਾਂ ਇੰਡੀਅਨ ਐਕਸਪ੍ਰੈਸ ਰਹੇ, ਉਸ ਤੋਂ ਵੀ ਪਹਿਲਾਂ ਬੈਂਕਰ ਰਹੇ, ਜਨਰਲ ਮੈਨੇਜਰ ਦੇ ਅਹੁਦੇ ਤੋਂ ਰਿਟਾਇਰ ਹੋ ਕੇ, ਰਿਟਾਇਰ ਹੋਣ ਤੋਂ ਪਹਿਲਾਂ ਬਲਕਿ ਉਹ ਚਲੇ ਗਏ ਸੀ ਇੰਡੀਅਨ ਐਕਸਪ੍ਰੈਸ ਦੇ, ਫਿਰ ਉਹ ਚੀਫ ਸੈਕਟਰੀ ਬਣੇ ਸੀ ਔਰ ਅੱਜ ਕੱਲ੍ਹ ਉਹ ਸਲਾਹਕਾਰ ਬਣੇ ਰਹੇ। ਬਰਗਾੜੀ ਜਦੋਂ ਮੋਰਚਾ ਲੱਗਿਆ ਸੀ, ਇਨਸਾਫ ਮੋਰਚਾ ਦੇ, ਉਹਨਾਂ ਨਾਲ ਅੱਜ ਆਪਾਂ ਖਰੀਆਂ ਗੱਲਾਂ ਕਰਾਂਗੇ। ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਸਹਿਚੰਦ ਸਿੰਘ, ਤੁਸੀਂ ਜਿਵੇਂ ਮੈਂ ਦੱਸਿਆ ਆਪਣੇ ਦਰਸ਼ਕਾਂ ਨੂੰ, ਵੱਡੇ ਵੱਡੇ ਪੋਸਟਾਂ 'ਤੇ ਰਹੇ ਤੁਸੀਂ, ਪਹਿਲੀ ਵਾਰ ਚੀਫ ਸੈਕਟਰੀ ਬਣਿਆ ਕੋਈ ਜਿਹਦੇ ਬਾਰੇ ਬੜੀ ਚਰਚਾ ਰਹੀ ਵੀ 3 ਲੱਖ ਰੁਪਇਆ ਦੇ ਰਿਹਾ, ਹਾਲਾਂਕਿ ਤੁਸੀਂ ਇੱਕ ਇੰਟਰਵਿਊ 'ਚ ਮੈਨੂੰ ਦੱਸਿਆ ਸੀ ਵੀ ਮੈਂ ਤਾਂ 8 ਲੱਖ ਲੈਂਦਾ ਲੈਂਦਾ 3 ਲੱਖ 'ਤੇ ਆਇਆ ਸੀ। ਇਹ ਸਾਰੀਆਂ ਗੱਲਾਂ ਹੋ ਗਈਆਂ, ਛੱਡ ਕੇ ਆ ਗਏ, ਉਹ ਗੱਲ ਹੋ ਚੁੱਕੀ ਹੈ, ਲੇਕਿਨ ਕੀ ਕਾਰਨ ਜਦੋਂ ਬਾਦਲਾਂ ਨੇ ਤੁਹਾਨੂੰ ਚੀਫ ਸੈਕਟਰੀਸ਼ਿਪ ਤੁਹਾਡੀ ਲੈ ਲਈ, ਉਸ ਤੋਂ ਬਾਅਦ ਸਿੱਧਾ ਤੁਸੀਂ ਬਰਗਾੜੀ ਚਲੇ ਗਏ, ਕਿ ਉਹਦੇ ਪਿੱਛੇ ਹੋਰ ਕੋਈ ਕਾਰਨ ਸੀ? ਇੱਕ ਤਾਂ ਵਾਲੀਆ ਸਾਹਿਬ ਗੱਲ ਸਮਝ ਲਓ ਕਿ ਮੇਰੀ ਚੀਫ ਸਕੱਤਰੀ ਕਿਸੇ ਨੇ ਲਈ ਨਹੀਂ ਜੀ। ਜੀ, ਮੈਂ ਤਾਂ ਰਿਜ਼ਾਈਨ ਕਰਕੇ ਆ ਪਾਇਆ, ਗਲ ਧਿਆਨ ਨਾਲ ਸਮਝ ਲਈ ਹੈ ਜੀ। ਸੋ ਮੈਂ ਲੈਣ ਵਾਲੀ ਤਾਂ ਕੋਈ ਗੱਲ ਹੀ ਨਹੀਂ, ਮੈਂ ਤਾਂ ਅਪੁਆਇੰਟ ਕੀਤਾ ਸੀ ਉਹਨਾਂ ਨੇ। ਜਦੋਂ ਮੇਰਾ ਮਨ ਨਹੀਂ ਲੱਗਿਆ, ਜਦੋਂ ਮੈਂ ਅੱਗੇ ਵੀ ਦੱਸਿਆ ਹੈਗਾ, ਤਾਂ ਮੈਂ ਸੋਚਿਆ ਜੇ ਮੇਰੇ ਦਿਲ ਦੀ ਗੱਲ 'ਤੇ ਜੋ ਮੈਂ ਚਾਹੁੰਦਾ ਨਹੀਂ ਚੱਲਦੀ ਪਈ, ਜੋ ਮੈਂ ਠੀਕ ਸਮਝਦਾ, ਤਾਂ ਉੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ। ਪੈਸੇ ਤਾਂ ਮੈਨੂੰ ਨਾਲਜ ਹੈ ਨਹੀਂ ਸੀਗਾ, ਚਲੋ ਮੰਨ ਲਓ ਕਿਵੇਂ ਪਹੁੰਚ ਗਏ। ਹੁਣ ਜੀ ਬਰਗਾੜੀ ਪਹੁੰਚਣ ਦੀ ਗੱਲ ਕੀਤੀ ਹੈ ਜੀ, ਅਸਲ ਗੱਲ ਇਹ ਹੈ ਕਿ ਜਦੋਂ ਰਾਮ ਰਹੀਮ ਸਰਸੇ ਵਾਲਿਆਂ ਨੂੰ ਮਾਫੀ ਦਿੱਤੀ ਹੈ, ਮੈਂ ਸਾਰੇ ਚਸ਼ਮਦੀਦ ਦਾ ਗਵਾਹ ਜੀ, ਸਾਰੇ ਕੁਛ ਦਾ ਜੀ। ਇੱਥੋਂ ਤੱਕ ਕਿ ਮੈਂ ਸਿੰਘ ਸਾਹਿਬ ਗਿਆਨੀ ਗੁਰਬਚਨ ਸੰਦੀਪ ਜੀ, ਮਤਲਬ ਕਿ ਤੁਸੀਂ ਜਿਹੜੇ ਜਥੇਦਾਰਾਂ ਨੇ ਜਦੋਂ ਮਾਫੀ ਦੇ ਸਿਗਨੇਚਰ ਕੀਤੇ, ਤੁਸੀਂ ਹਾਜ਼ਰ ਸੀ? ਮੈਂ ਜਦੋਂ ਸਾਈਨ ਕਰਕੇ ਹਟੇ ਤਾਂ ਮੈਂ ਫੋਨ 'ਤੇ ਪੁੱਛਿਆ ਵੀ ਅੱਜ ਉਹਨੂੰ ਮਾਫੀ ਦੇਤੀ ਜੇ? ਸੱਚਮੁੱਚ ਬਾਦਲ ਦੀ ਕੋਠੀ ਸਾਈਨ ਹੋਏ ਸੀ? ਨਹੀਂ ਜੀ, ਸਿੰਘ ਸਭਾ ਨੇ ਸਾਈਨ ਉੱਥੇ ਨਹੀਂ ਹੋਏ, ਸਿੰਘ ਸਭਾ ਨੇ ਤਾਂ ਆਪਣੀ ਕਾਰਵਾਈ ਅਕਾਲ ਤਖਤ 'ਤੇ ਹੁੰਦੀ ਹੈ, ਇਗਨੋਰ ਕਰੀਏ ਗੱਲ। ਨਹੀਂ, ਪਰ ਇਹ ਕਿਹਾ ਜਾਂਦਾ ਨਾ ਕਿ ਬੁਲਾ ਕੇ ਕੀਤੇ, ਜਿਹੜਾ ਉਹਨਾਂ ਨੂੰ ਬੁਲਾ ਕੇ ਸਮਝਾਇਆ ਬਜਾਇਆ ਫੈਸਲਾ ਕਰ ਦਿਓ, ਗਲਤ ਆਹ ਸੀ ਹੋਰ। ਇਹ ਕਿਹਾ ਕਿ ਪਰ ਖੋਏ ਸਾਈਨ ਉੱਥੇ, ਅਕਾਲ ਤਖਤ ਸਾਹਿਬ 'ਤੇ ਸਾਈਨ ਹੋਏ, ਮੈਂ ਗੱਲ ਕਰਦਾ। ਤੁਸੀਂ ਉੱਥੇ ਸੀ? ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਸਾਈਨ ਕਰ ਦਿੱਤੇ ਜੀ, ਪਤਾ ਲੱਗਾ ਵੀ ਅੱਜ ਤੁਸੀਂ ਰਾਮ। ਕਿਹਨੂੰ ਪੁੱਛਿਆ ਤੁਸੀਂ? ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ। ਅੱਛਾ, ਉਹਨਾਂ ਕਿਹਾ ਹਾਂ ਜੀ, ਸਾਰਿਆਂ ਦੀ ਰਾਏ ਇਹੋ ਜਿਹੀ ਬਣੀ ਸੀ ਜੀ। ਅੱਛਾ, ਟਾਲ ਗਿਆ ਗੱਲ ਨੂੰ ਤਰੀਕੇ ਨਾਲ। ਮੈਂ ਕਿਹਾ ਜੀ ਟੈਲੀਫੋਨ 'ਤੇ ਇਹ ਗੱਲ ਵਾਕਈ ਨਹੀਂ ਕਰਨੀ ਚਾਹੀਦੀ, ਮੈਂ ਹੀ ਕਮਲਾਂ ਜੀ, ਹੱਸ ਪਿਓ, ਮੇਰਾ ਮਤਲਬ ਸੀ ਮੈਂ ਮਿਲ ਕੇ ਪੁੱਛਾਂਗਾ ਗੱਲ ਜੀ। ਜਦੋਂ ਮੈਂ ਮਿਲ ਕੇ ਪੁੱਛਿਆ, ਇੱਕ ਦੋ ਦਿਨਾਂ ਬਾਅਦ ਹੀ ਘਰ ਚਲਾ ਗਿਆ, ਦਰਬਾਰ ਸਾਹਿਬ ਦੀ ਪਰਿਕਰਮਾ ਦੇ ਉੱਪਰ ਤਾਂ ਰਹਿੰਦੇ ਨੇ। ਮੈਂ ਕਿਹਾ ਸਿੰਘ ਸਾਹਿਬ ਆਹ ਬੜਾ ਮਾੜਾ ਕੰਮ ਕੀਤਾ ਤੁਸੀਂ, ਨਹੀਂ ਸੀ ਕਰਨਾ ਚਾਹੀਦਾ, ਤੁਸੀਂ ਤਾਂ ਰਖਵਾ ਲਿਆ ਸਾਡੀਆਂ ਸਿੱਖ ਪਰੰਪਰਾਵਾਂ ਦੇ, ਸਿੱਖ ਰਵਾਇਤਾਂ ਦੇ, ਸਿੱਖ ਟ੍ਰੈਡੀਸ਼ਨਸ ਦੇ, ਆਹ ਕਾਹਨੂੰ ਕੀਤਾ ਜੀ? ਸਾਰੇ ਕਹਿੰਦੇ ਇਸ ਪਾਸੇ ਲੱਗ ਪੈਣ ਤਾਂ ਬੰਦਾ ਕੀ ਕਰ ਸਕਦਾ ਜੀ। ਇੱਕ ਉਹਨਾਂ ਨੇ ਮੈਨੂੰ ਹੋਰ ਗੱਲ ਦੱਸੀ ਜਿਹੜੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਲੱਗਾ। ਮੈਂ ਕਿਹਾ ਤੇ ਗਿਆਨੀ ਗੁਰਮੁਖ ਸਿੰਘ ਦਾ ਵਿਚਾਰ ਕੋਈ ਡਿਫਰੈਂਟ ਸੀ, ਅਲੱਗ ਸੀਗਾ? ਉਹ ਕਹਿਣ ਲੱਗੇ ਚੀਫ ਸੈਕਟਰੀ ਸਾਹਿਬ ਕੀ ਗੱਲ ਕਰਦੇ ਪਿਓ? ਮੈਂ ਕਿਹਾ ਇੰਝ ਕਰੀਏ, ਕਮੇਟੀ ਜੀ ਬਣਾ ਲਈਏ ਪੜ੍ਹੇ ਲਿਖਿਆਂ ਦੀ, ਉਹ ਜਾ ਕੇ ਉਹਨੂੰ ਮਿਲਿਆ ਹੁਣ ਉੱਥੇ, ਉਹ ਆ ਕੇ ਆਪਣੀ ਰਿਪੋਰਟ ਦੇਣ, ਤਾਂ ਆਪਾਂ ਉਹ ਰਿਪੋਰਟ ਪੜ੍ਹ ਕੇ ਅਤੇ ਜੋ ਕਰਨਾ ਸਵੀਕਾਰ ਕਰਨਾ ਨਹੀਂ ਕਰਨਾ ਉਸ ਹਿਸਾਬ ਨਾਲ ਕਰੀਏ ਜੀ। ਕਿਉਂਕਿ ਗੱਲ ਤਾਂ ਤੁਹਾਡੀ ਬੜੀ ਸਿਆਣੀ ਸੀ, ਨਾਲੇ ਭਾਰ ਕਮੇਟੀ 'ਤੇ ਪੈ ਜਾਂਦਾ ਜੀ ਤੁਹਾਡਾ, ਅਤੇ ਤੁਸੀਂ ਕੀਤੀ ਕਿਉਂ ਨਾ? ਕਹਿੰਦੇ ਜੀ ਮੈਂ ਟੈਲੀਫੋਨ ਕਿਹਾ, ਮੈਂ ਕਿਹਾ ਟੈਲੀਫੋਨ ਕਰ ਲਈਏ। ਮੈਂ ਕਿਹਾ ਜੀ ਫਿਰ? ਕਹਿੰਦੇ ਉਹਨੇ ਮੇਰੇ ਹੱਥੋਂ ਟੈਲੀਫੋਨ ਖਿੱਚ ਲਿਆ, ਕਹਿੰਦੇ ਗੁਰਮੁਖ ਸਿੰਘ ਨੇ। ਹੁਣ ਉਹ ਤਾਂ ਵਾਲੀਆ ਸਾਹਿਬ ਵਰਗਾ ਸਿਆਣਾ ਬੰਦਾ ਤਾਂ ਇਹ ਪੁੱਛਦਾ ਵੀ ਤੁਸੀਂ ਟੈਲੀਫੋਨ ਕਰਨ ਕਿਹਨੂੰ ਲੱਗੇ ਸਾ? ਪੁੱਛਣਾ ਹੀ ਸੀ। ਮੈਨੂੰ ਕਹਿੰਦੇ ਤੁਹਾਨੂੰ ਸਰ ਸਭ ਪਤਾ ਹੀ ਹੈ। ਮੈਂ ਕਹਿੰਦੀ ਪਤਾ ਨਹੀਂ, ਫਿਰ ਵੀ ਦੱਸੋ। ਉਹ ਕਹਿੰਦੇ ਚਲੋ ਤੁਹਾਨੂੰ ਪਤਾ ਹੀ ਹੈ। ਮੈਂ ਸਮਝ ਆ ਗਈ, ਮੈਂ ਕਿਹਾ ਹੁਣ ਇੱਕ ਅਕਾਲ ਤਖ਼ਤ ਸਾਹਿਬ ਦੇ ਹੈੱਡ ਪ੍ਰੀਸਟ ਨੂੰ ਐਮਬੈਰਸ ਨਹੀਂ ਕਰਨਾ ਚਾਹੀਦਾ, ਗੱਲ ਕੱਢਣੀ ਚਾਹੀਦੀ ਹੈ ਜੀ। ਉਹ ਕਹਿਣ ਲੱਗੇ ਜੇ ਸਾਰੇ ਤਿਆਰ ਬੈਠੇ ਸੀ ਤਾਂ ਮੈਂ ਕੀ ਕਰ ਸਕਦਾ ਸੀ ਜੀ ਇਕੱਲਾ? ਕਿ ਯਾਦ ਰੱਖਿਆ ਜੇ ਨਜ਼ਲਾ ਹੈੱਡ 'ਤੇ ਹੀ ਡਿੱਗਦਾ ਹੁੰਦਾ, ਨਜ਼ਲਾ ਦੂਜੇ ਤੀਜੇ ਕਹਿੰਦੀ ਮਲਸੇ 'ਤੇ ਨਹੀਂ ਡਿੱਗਣਾ ਨਜ਼ਲਾ, ਯਾਦ ਰੱਖ ਲਿਆ ਜੀ ਮੇਰੀ ਗੱਲ। ਇਹ ਵੀ ਬੜੀ ਅਜੀਬ ਜਿਹੀ ਗੱਲ ਹੋਈ ਜੀ। ਇੱਕ ਹੋਰ ਜਿਹਦਾ ਗੱਲ ਤਾਂ ਮੇਰੇ ਮਨ 'ਤੇ ਤੁਹਾਡਾ ਸਵਾਲ ਤਾਂ ਮੈਂ ਲਿਆਉਂਦਾ ਤੁਹਾਨੂੰ, ਜਦੋਂ ਇਹਨਾਂ ਨੂੰ ਮਾਫ਼ੀ ਹੋ ਗਈ ਅਤੇ ਜੀ ਅਖਬਾਰਾਂ ਦੇ ਦਿਓ, ਬੱਲੇ ਬੱਲੇ ਕਮਾਲ ਹੈ ਜੀ, ਕਮਾਲ ਹੈ, ਪਿਆਰ ਹੋਣਾ ਚਾਹੀਦਾ, ਸਦਭਾਵਨਾ ਹੋਣੀ ਚਾਹੀਦੀ ਹੈ, ਇਹ ਜਦੋਂ ਸਾਰੀ ਗੱਲ ਹੋਈ ਤਾਂ ਇਹ ਸਾਰੀ ਗੱਲ ਚੰਡੀਗੜ੍ਹ ਹੋਈ ਅਤੇ ਮੱਕੜ ਸਾਹਿਬ ਵੀ ਹਾਜ਼ਰ ਸੀ ਅਤੇ ਮੈਂ ਵੀ ਹਾਜ਼ਰ ਸੀ। ਅੱਛਾ, ਅਸੀਂ ਦੋਵੇਂ ਸੀ ਕੋਠੀ ਬੈਠੇ ਸੀ ਜੀ।
ਤੇ ਮੈਂ ਪਾਸੇ ਦੇ ਜਾ ਕੇ ਉੱਠੇ ਬੈਠੇ ਸੁਖਵੀਰ ਬਾਦਲ ਦੇ ਹਾਂਜੀ ਹਾਂਜੀ ਜੀ ਮੈਂ ਉਸੇ ਕਮਰੇ ਨੁੱਕਰ ਤੇ ਜਾ ਕੇ ਨਾ ਜਿਵੇਂ ਬਾਥਰੂਮ ਜਾਣ ਦੇ ਬਹਾਨੇ ਮੈਂ ਉਹਨੇ ਮੈਂ ਕਿਹਾ ਕੌਮ ਤਾਂ ਮਰਵਾਤੀ ਜੇ ਅੱਜ ਕਹਿੰਦਾ ਕੀ ਕਰ ਸਕਦੇ ਹੋ ਤੁਸੀਂ ਤਾਂ ਮੈਂ ਕੀ ਕਰ ਸਕਦੇ ਹਾਂ ਮੈਂ ਕਿਹਾ ਤੁਸੀਂ ਪੁਰਾਣੇ ਖਿਲਾੜੀ ਹੋ ਵੱਡੇ ਬਾਦਲ ਸਾਹਿਬ ਨਾਲ ਗੱਲ ਕਰ ਲਓ ਇਹ ਮਸਲਾ ਤਾਂ ਮੁੱਕ ਚੁੱਕਾ ਸੀ ਵੀ ਇਸ਼ਤਿਹਾਰ ਦੇਣੇ ਨਹੀਂ ਦੇਣੇ ਗੱਲ ਇਸ਼ਤਿਹਾਰਾਂ ਹੀ ਨਹੀਂ ਸੀ ਗੱਲ ਦਾ ਮਤਲਬ ਇਹ ਕਿ ਸ਼੍ਰੋਮਣੀ ਕਮੇਟੀ ਦੀ ਸਟੈਂਪ ਲੱਗ ਰਹੀ ਹੈ ਤੇ ਮੇਰੇ ਮਨ 'ਚ ਇਹ ਗੱਲ ਸੀ ਬਤੌਰੇ ਸਿੱਖ ਹਾਲੇ ਵਾਲੇ ਸਾਹਿਬ ਤੁਹਾਨੂੰ ਦੱਸਿਆ ਮੈਂ ਨੌਕਰੀ ਕਰਨ ਦਾ ਕੋਈ ਗਿਆ ਨਹੀਂ ਉੱਥੇ ਤੇ ਗੱਲ ਤਾਂ ਇਹ ਸੀ ਕਿ ਵੀ ਤੁਸੀਂ ਸਿੱਖੀ ਪਰ ਤੁਸੀਂ ਜਿਹੜੇ 90-92 ਲੱਖ ਤਾਂ ਤੁਹਾਡੇ ਹੱਥੋਂ ਨਿਕਲੇ ਨੇ ਨਾ ਜਿਹੜੇ ਇਸ਼ਤਿਹਾਰ ਤਾਂ ਤੁਸੀਂ ਦਿੱਤੇ ਨੇ ਮੇਰੀ ਬੇਨਤੀ ਸੁਣ ਲਓ ਉਹਦੀ ਵੀ ਗੱਲ ਸੁਣੀ ਉਹ ਵੀ ਬੜਾ ਸਵਾਲ ਤੇਜ਼ੀ ਨਾਲ ਕਰਦਾ ਨਾ ਇਸ ਕਰਕੇ ਤੇਜ਼ੀ ਦਾ ਜਵਾਬ ਹੀ ਲੈ ਲਓ ਜੀ ਉਹ ਤਾਂ ਜੀ ਫਿਰ ਪ੍ਰਧਾਨ ਨੇ ਆਪ ਹੀ ਪਾਸ ਕਰ ਸਾਡੇ ਕਿਹੜੇ ਸਾਈਨ ਹੋਣੇ ਸੀ ਜੀ ਉਹ ਤਾਂ ਐਗਜ਼ੈਕਟਿਵ ਕਮੇਟੀ ਮਤਲਬ ਤੁਹਾਨੂੰ ਕੋਈ ਤੁਹਾਡੇ ਚੀਫ ਸੈਕਟਰੀ ਦਾ ਕੋਈ ਰੋਲ ਨਹੀਂ ਉਹਦੇ ਵਿੱਚ ਨਾ ਨਾ ਪਾਸ ਕਰਕੇ ਇੰਨੀ ਐਡ ਦੇ ਦਿਓ ਅਜੀਤ ਨੂੰ ਦੇ ਦਿਓ ਉਸ ਅਖਬਾਰ ਨੂੰ ਦੇ ਦਿਓ ਉਸ ਅਖਬਾਰ ਨੂੰ ਦੇ ਦਿਓ ਅਖਬਾਰ ਨੂੰ ਦੇ ਦਿਓ ਲੱਗੀਆਂ ਖੇਡਾਂ ਨੋਟ ਲਾਇਆ ਇਹੀ ਇਹੀ ਸਵਾਲ ਜਿਹੜਾ ਅਸੀਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਕਰਦੇ ਹਾਂ ਤੇ ਉਦੋਂ ਨਹੀਂ ਤੁਸੀਂ ਬੋਲੇ ਇਹ ਗੱਲ ਵੀ ਇਹ ਕਿਉਂ ਕਰ ਰਹੇ ਹੋ ਤੁਸੀਂ ਮੈਨੂੰ ਆਖਿਆ ਸਵਾਲ ਮੈਨੂੰ ਪੁੱਛਿਆ ਮੈਂ ਪੁੱਛ ਰਿਹਾ ਹਾਂ ਦੱਸਦਾ ਨਾ ਤੇ ਉਸ ਤੋਂ ਬਾਅਦ ਐਗਜ਼ੈਕਟਿਵ ਕਮੇਟੀ ਨੇ ਬੰਨੇ ਲੱਗਤੇ ਸਟੈਂਪ ਲਾ ਦਿੱਤੀ ਕਿਉਂਕਿ ਪ੍ਰਧਾਨ ਦੀ ਪਾਵਰ ਤਾਂ ਬੰਨੇ ਲੱਖ ਦੇਣ ਦੀ ਹੈ ਨਹੀਂ ਪੋਸਟ ਫੈਕਟੋ ਅਪਰੂਵਲ ਤਾਂ ਲੈਣੀ ਹੁੰਦੀ ਨਾ ਜੀ 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 ਉਹ ਲਈ ਇੱਕ ਬੰਦੇ ਨੇ ਕਿਹਾ ਕਿ ਮੇਰਾ ਪ੍ਰੋਟੈਸਟ ਨੋਟ ਕਰ ਲਓ ਕਿਸਨੇ ਸੁਖਦੇਵ ਸਿੰਘ ਪੌਰ ਰਿਕਾਰਡਡ ਹੈ ਰਿਕਾਰਡਡ ਹੈ ਜਦੋਂ ਇਹਨੇ ਕਿ ਮੇਰਾ ਪ੍ਰੋਟੈਸਟ ਨੋਟ ਕਰ ਲਓ ਤਾਂ ਮੈਨੂੰ ਕਹਿੰਦੇ ਚੀਫ ਸੈਕਟਰ ਸਾਹਿਬ ਪ੍ਰੋਸੀਡਿੰਗ ਤੁਸੀਂ ਲਿਖਣੀ ਹੈ ਇਹ ਭੁੱਲਿਆ ਜੇ ਨਾ ਮੇਰੀ ਗੱਲ ਮੈਂ ਵੇਖ ਲੈਣਾ ਮੈਂ ਕਿਹਾ ਮੈਂ ਭੁੱਲਣ ਵਾਲਾ ਬੰਦਾ ਹਾਂ ਇਹੋ ਜਿਹੀ ਗੱਲ ਨੂੰ ਹੱਸ ਪਿਆ ਕਈ ਹੋਰ ਨਾਲ ਕਈ ਸਾਡੇ ਵਿਚਾਰਾਂ ਦਾ ਪਤਾ ਸੀਗਾ ਜੀ ਖੈਰ ਇਹ ਗੱਲ ਇਸ ਤਰ੍ਹਾਂ ਗੱਲ ਆਈ ਅੱਛਾ ਚਲੋ ਇਹ ਇਸ ਦੁੱਖ ਦੇ ਮਾਰੇ ਤੁਸੀਂ ਗਏ ਮੈਂ ਮਹਿਸੂਸ ਕੀਤਾ ਜੀ ਕਿ ਉਸ ਵੇਲੇ ਮੈਨੂੰ ਮਹਿਸੂਸ ਕੀਤਾ ਐਡ ਊਡ ਤਾਂ ਬੜੀ ਛੋਟੀ ਜਿਹੀ ਗੱਲ ਹੈ 92 ਲੱਖ 95 ਲੱਖ ਕਰੋੜ ਬੜੀ ਮਟੀਰੀਅਲ ਛੋਟੀ ਜਿਹੀ ਗੱਲ ਹੈ ਮੈਂ ਅਸਲ ਗੱਲ ਕੀ ਹੈ ਕਿ ਤੁਸੀਂ ਰਾਮ ਰਹੀਮ ਨੂੰ ਮਾਫ਼ੀ ਦਿੱਤੀ ਕਿਵੇਂ ਇੱਕ ਧਾਰਮਿਕ ਸੰਸਥਾ ਟੈਂਪੋਰਲ ਅਥਾਰਟੀ ਨੇ ਕਿਉਂ ਦਿੱਤੀ ਹੈ ਔਰ ਸ਼੍ਰੋਮਣੀ ਕਮੇਟੀ ਉਹਦੀ ਪਾਰਟੀ ਬਣ ਗਈ ਹੈ ਦੇਅਰਫੋਰ ਮੇਰੇ ਮਨ 'ਚ ਇਸ ਗੱਲ ਦੀ ਬੜੀ ਤਕਲੀਫ ਸੀ ਜੀ ਤੁਹਾਡੀ ਇਹ ਤਕਲੀਫ ਸੀ ਕਿ ਬੇਅਦਬੀ ਦੀ ਤਕਲੀਫ ਸੀ ਤੁਹਾਨੂੰ ਬਰਗਾੜੀ ਜਾਣ ਵੇਲੇ ਮੇਰੀ ਬੇਨਤੀ ਸੁਣ ਲਓ ਜੀ ਜੀ ਬੇਅਦਬੀ ਉਹਨਾਂ ਨੇ ਕੀਤੀ ਉਹ ਤਾਂ ਪੋਲੀਟੀਕਲ ਗੱਲ ਹੋ ਗਈ ਉਹਨਾਂ ਨੂੰ 4 ਵੋਟਾਂ ਦੀ ਲੋੜ ਸੀ ਉਹਨਾਂ ਕਰ ਦਿੱਤਾ ਫਿਰ ਉਹਨਾਂ ਬੇਅਦਬੀ ਕੀਤੀ ਉਹਨਾਂ ਨੇ ਇਸ਼ਤਿਹਾਰ ਲਾਇਆ ਕਿ ਅਸੀਂ ਤੁਹਾਡਾ ਬਾਬਾ ਜੀ ਚੁੱਕ ਲੈਂਦੇ ਸਾਡੀ ਹਿੰਮਤ ਲੱਭ ਲਓ ਜੀ ਅਤੇ ਫਿਰ ਤੁਹਾਡੀ ਤਕਲੀਫ ਪੁਰਾਣੀ ਹੋਰ ਖੁੱਲ੍ਹ ਗਈ ਤੁਹਾਡਾ ਫੋੜਾ ਫਿਰ ਹੋਰ ਖੁੱਲ੍ਹ ਗਿਆ ਫਿਰ ਜਿਨ੍ਹਾਂ ਬੰਦਿਆਂ ਨੇ ਮੋਰਚਾ ਲਾਇਆ ਤੁਹਾਨੂੰ ਉਹਨਾਂ ਨਾਲ ਹਮਦਰਦ ਤੁਸੀਂ ਕਿਹਾ ਵੀ ਸ਼੍ਰੋਮਣੀ ਕਮੇਟੀ ਦੀ ਮੁੱਖ ਸਕੱਤਰੀ ਅਤੇ ਫਿਰ ਤੁਸੀਂ ਉੱਥੇ ਕਿਵੇਂ ਪਹੁੰਚ ਗਏ ਅਤੇ ਤੁਹਾਡਾ ਮਨ ਸੀ ਵੀ ਨਹੀਂ ਜਿਹੜੇ ਬੰਦੇ ਇਸ ਕੰਮ 'ਤੇ ਬੈਠੇ ਨੇ ਚੰਗਾ ਕੰਮ ਕਰਦੇ ਪਏ ਨੇ ਗੋਲੀਆਂ ਮਾਰੀਆਂ ਬੰਦੇ ਮਾਰੇ ਗਏ ਨੇ ਸਿੱਧੇ ਗਏ ਕਿ ਬਿਨਾਂ ਬੁਲਾਏ ਗਏ ਜਾਂ ਬੁਲਾਇਆ ਉਹਨਾਂ ਨੇ ਮੈਨੂੰ ਕਿਸੇ ਬੁਲਾਇਆ ਨਹੀਂ ਮੈਂ ਆਪ ਹੀ ਗਿਆ ਆਪਣੇ ਸ਼ੌਂਕ ਨੂੰ ਗਿਆ ਅੱਛਾ ਉਸ ਤੋਂ ਬਾਅਦ ਜੇ ਕੋਈ ਤੁਹਾਨੂੰ ਪੁੱਛਣਾ ਲੱਗ ਜਾਵੇ ਤਾਂ ਤੁਸੀਂ ਸਲਾਹਕਾਰ ਨਹੀਂ ਬਣ ਜਾਂਦੇ ਵਾਲੀਆ ਸਾਹਿਬ ਮੇਰੀ ਬੇਨਤੀ ਤੁਸੀਂ ਸਵਾਲ ਕੀਤਾ ਤੁਸੀਂ ਸਲਾਹਕਾਰ ਸੀਗੇ ਤੁਸੀਂ ਸਲਾਹਕਾਰ ਤੁਸੀਂ ਵੀ ਗਏ ਉੱਥੇ ਮੈਂ ਗਿਆ ਮੈਂ ਤਾਂ ਇੰਟਰਵਿਊ ਕਰਨ ਗਿਆ ਲੇਕਿਨ ਮੈਂ ਜਦੋਂ ਦੇਖਿਆ ਕਿ ਉਸ ਦਿਨ ਮੀਟਿੰਗ ਇਸ ਤਰ੍ਹਾਂ ਦੀ ਸੀ ਜਿਹ 'ਚ ਤੁਸੀਂ ਸਲਾਹ ਦੇਣ ਬੈਠੇ ਸੀ ਤੁਹਾਡਾ ਜੇ ਤੁਸੀਂ ਉੱਥੇ ਗਏ ਹੋ ਤੁਸੀਂ ਉਹਦੇ ਤਾਂ ਹੈ ਨਹੀਂ ਤੁਸੀਂ ਲੰਗਰ ਪਿਆ ਤਾਂ ਲੰਗਰ ਖਾ ਕੇ ਆ ਜਾਣਾ ਜੀ ਜੀ ਇਹ ਤੁਹਾਡੇ ਕੋਈ ਮਨ ਦੀ ਗੱਲ ਹੈ ਤੁਸੀਂ ਆਪਣੀ ਸਲਾਹ ਜ਼ਰੂਰ ਦਿਓ ਜੀ ਤੁਹਾਡਾ ਜੀ ਕਰਦਾ ਸਲਾਹ ਦਿਓ ਉਹ ਮੰਨਣ ਭਾਈ ਧਿਆਨ ਸਿੰਘ ਮਾਂਡੋਰੀ ਤੁਸੀਂ ਜ਼ਿਆਦਾ ਸਲਾਹ ਜਿਹੜੀ ਦਿੱਤੀ ਧਿਆਨ ਸਿੰਘ ਮਾਂਡੋਰਾਂ ਨੇ ਦਿੱਤੀ ਜਾਂ ਮੈਂ ਉਹਨਾਂ ਦਿੱਤੀ ਉਹਨਾਂ ਨਾਲ ਗੱਲ ਕੀਤੀ ਮੈਂ ਉਹਨਾਂ ਨਾਲ ਗੱਲ ਕੀਤੀ ਓਕੇ ਐਕਚੁਅਲੀ ਹੀ ਵਾਸ ਉਹ ਅੰਗਰੇਜ਼ੀ ਕਹਿੰਦੇ ਹੀ ਵਰ ਸਪੀਅਰ ਹੈਡਿੰਗ ਦਾ ਮੋਰਚਾ ਜੀ ਜੀ ਬਿਲਕੁਲ ਉਹਨਾਂ ਦੇ ਨਾਲ ਤੋਂ ਚਲਾਇਆ ਸਮਝ ਲਓ ਵੀ ਮੋਰਚਾ ਚੱਲ ਰਿਹਾ ਸੀ ਲੇਕਿਨ ਜਿਸ ਚਲੋ ਆਪਾਂ ਗੱਲ ਨੂੰ ਥੋੜ੍ਹਾ ਜਿਹਾ ਕਿਉਂਕਿ ਹੁਣ ਕਾਫੀ ਗੱਲ ਹੋ ਚੁੱਕੀ ਜਦੋਂ ਮੋਰਚਾ ਉਠਾਇਆ ਗਿਆ ਤੁਸੀਂ ਲਗਾਤਾਰ ਜਾਂਦੇ ਵੀ ਰਹੇ ਅਤੇ ਤੁਹਾਨੂੰ ਪੁੱਛਿਆ ਉਹਨਾਂ ਨੇ ਜਾਂ ਤੁਹਾਡੇ ਉਦੋਂ ਵੀ ਸਲਾਹ ਲਈ ਗਈ ਜਾਂ ਉਦੋਂ ਵੀ ਕੋਈ ਤੁਸੀਂ ਸਲਾਹ ਦਿੱਤੀ ਇਸ ਤਰ੍ਹਾਂ ਸੀ ਜੀ ਜਦੋਂ ਉਹਨਾਂ ਦੀਆਂ ਕਈ ਮੰਗਾਂ ਦੀਆਂ ਅਖਬਾਰਾਂ 'ਚ ਆਉਣਾ ਸ਼ੁਰੂ ਹੋ ਗਿਆ ਵੀ ਆਹ ਮੰਨਣ ਨੂੰ ਤਿਆਰ ਹੈ ਇਹ ਬੰਦੇ ਫੜੇ ਗਏ ਨੇ SIT ਬੈਠ ਗਈ ਹੈ ਜੀ ਨੋਟਿਸ ਇਸ਼ੂ ਹੋ ਗਏ ਨੇ ਇਹ ਬਾਦਲ ਸਾਹਿਬ ਨੇ ਬੁਲਾ ਲਿਆ ਗਿਆ ਉਹਨੂੰ ਵੀ ਬੁਲਾ ਲਿਆ ਗਿਆ ਇਹ ਹੋ ਗਿਆ ਇਹ ਹੋ ਗਿਆ ਸੋ ਉਹਨਾਂ ਦੀਆਂ ਮੰਗਾਂ ਕਿਹੜੀਆਂ ਸੀਗੀਆਂ ਤਿੰਨ ਵੱਡੀਆਂ ਸਿਵਾਏ ਬੰਦੇ ਛੱਡਣ ਦੇ ਬਾਕੀ ਦੋ ਮੰਗਾਂ ਤਾਂ ਉਹਨਾਂ ਦੀਆਂ ਸਿਰੇ ਲੱਗ ਹੀ ਗਈਆਂ ਨੇ ਪਰ ਪਹਿਲੇ ਲੱਗੀਆਂ ਹੋਈਆਂ ਸੀ ਮੈਨੂੰ ਸੁਣ ਲਓ ਜੀ ਨਹੀਂ ਪਹਿਲਾਂ ਨਹੀਂ ਲੱਗੀਆਂ ਇਹ ਮੋਰਚੇ ਲੱਗਣ ਤੋਂ ਇਨ ਬਿਟਵੀਨ ਸ਼ੁਰੂ ਹੋਈਆਂ ਨੇ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਨਵੀਂ ਡਿਵੈਲਪਮੈਂਟ ਕੀ ਹੋਈ ਮੇਰੀ ਬੇਨਤੀ ਸੁਣ ਲਓ ਜੀ ਹੁਣ ਆਪਾਂ ਡੇਟ ਬਾਈ ਡੇ ਜੇ ਕੋਈ ਫਿਗਰ ਮੇਰੇ ਕੋਲ ਹੁਣ ਤਾਂ ਮੇਰੇ ਕੋਲ ਡੇਟ ਬਾਈ ਹੁੰਦਾ ਹੁਣ ਤਾਂ ਹੈ ਨਹੀਂ ਇਸ ਵੇਲੇ ਮੇਰਾ ਕਹਿਣ ਦਾ ਮਤਲਬ ਹੈ ਉਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਹੌਲੀ 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 ਕਰਕੇ ਕੁਝ ਪਹਿਲਾਂ ਮੰਨੀਆਂ ਗਈਆਂ ਕਿਹੜੀ ਗੱਲ ਮੰਨੀ ਗਈ ਵਾਲੀਆ ਸਾਹਿਬ ਤੁਸੀਂ ਮੇਰਾ ਗੱਲ ਕਰੋ ਉਦੋਂ ਤਾਂ CBI ਨੂੰ ਕੇਸ ਰੈਫਰ ਕਰਤਾ ਜੀ ਇਹਨਾਂ ਰੌਲਾ ਰੱਪਾ ਪਾਇਆ ਕੁਝ ਮੈਂਬਰ ਵੀ ਇਕੱਠੇ ਹੋ ਗਏ ਈਵਨ ਕੈਪਟਨ ਅਮਰਿੰਦਰ ਸਿੰਘ ਨੇ CBI ਤੋਂ ਕੇਸ ਵਾਪਸ ਲਿਆ ਠੀਕ ਹੈ ਜੀ ਅਤੇ ਲੋਕ ਤਾਂ ਹੱਸਣ ਲੱਗ ਗਏ ਜੀ ਕਿ ਇਹ ਪੁਰਾਣੇ ਰਲੇ ਹੋਏ ਨੇ ਆਪਸ ਵਿੱਚ
ਚਲੋ ਖਰ ਆਪਾਂ ਕਿਹੜਾ ਵੇਖਣ ਦਾ ਆਪਾਂ ਇਹੋ ਜਿਹੀ ਗੱਲ ਕਾਹਨੂੰ ਕਰੀਏ। ਸਵਾਲ ਇਹ ਹੈਗਾ ਕਿ ਇਹ ਇਸ ਮੋਰਚੇ ਦਾ ਅਸਰ ਸੀਗਾ। ਇੱਕ ਗੱਲ ਮੈਨੂੰ ਬੜੀ ਕਲੀਅਰ ਸੀ ਕਿ ਜਿੰਨੀ ਹਜ਼ਾਰਾਂ ਦੀ ਗਿਣਤੀ ਅਤੇ ਲੱਖਾਂ ਦੀ ਗਿਣਤੀ 'ਚ ਬੰਦੇ ਆਉਣੇ ਸ਼ੁਰੂ ਹੋ ਗਿਆ, ਸਰਕਾਰ ਵੀ ਇਹ ਮਹਿਸੂਸ ਕਰਨ ਲੱਗੀ। ਇਹ ਗੱਲ ਹੋ ਚੁੱਕੀ ਹੈ, ਮੇਰਾ ਸਵਾਲ ਹੋ ਰਿਹਾ, ਮੋਰਚਾ ਉਠਾ ਦਿੱਤਾ ਗਿਆ, ਇਹ ਜਿਹੜਾ ਮੋਰਚਾ ਚੱਕਣ 'ਤੇ ਹੁਣ ਭਾਈ ਬਲਜੀਤ ਸਿੰਘ ਦਾਦੂਵਾਲ ਅਲੱਗ ਬੋਲੀ ਬੋਲਦਾ, ਅਮਰੀਕ ਸਿੰਘ ਜਨਾਲਾ ਬਿਲਕੁਲ ਡਿਫਰੈਂਟ ਹੈ, ਔਰ ਉਹ ਇਕੱਲਾ ਈਵਨ ਜੇਲ੍ਹ 'ਚ ਬੈਠਾ ਹਵਾਰਾ ਸਾਹਿਬ ਨੇ ਕਹਿ ਤਾ, ਜਥੇਦਾਰ ਹਵਾਰਾ ਨੇ ਵੀ ਹੁਣ ਇਸ ਤਰ੍ਹਾਂ ਦੀ ਗੱਲ ਹੀ ਹੋਣੀ, ਅਤੇ ਉਹ ਤੁਹਾਨੂੰ ਲੱਗਦਾ ਕਿ ਮੋਰਚਾ ਜਿਸ ਤਰ੍ਹਾਂ ਚੱਕਿਆ ਗਿਆ ਉਹ ਠੀਕ ਹੋਇਆ? ਇਸ ਤਰ੍ਹਾਂ ਜੀ, ਮੇਰਾ ਆਪਣਾ ਖਿਆਲ ਹੈ ਜੀ, ਐਨੀ ਸਟਰਗਲ ਅੰਗਰੇਜ਼ੀ 'ਚ ਕਹਿੰਦੇ ਵਿੱਚ ਲੌਂਗ ਡਰਾਨ ਆਊਟ, ਉਹ ਅਲਟੀਮੇਟਲੀ ਖਰਾਬ ਹੁੰਦੀ ਹੈ। ਇਸ ਸਟਰਗਲ ਨੂੰ 8 ਮਹੀਨੇ ਅੱਗੇ ਹੁੰਦੇ ਪਏ ਸੀਗੇ ਜੀ, ਜਦੋਂ ਸਰਕਾਰ ਦੇ ਨੁਮਾਇੰਦੇ ਆਪ ਆ ਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਹੱਥਾਂ 'ਚ ਕਰ ਕਰਕੇ ਅਤੇ ਇਹ ਕਹਿ ਜਾਣ ਵੀ ਆਹ ਕੰਮ ਹੋ ਗਿਆ, ਆਹ ਕੰਮ ਹੋ ਗਿਆ, ਆਹ ਕੰਮ ਇੰਨੇ, ਇਹ ਕੰਮ ਨੂੰ ਟਾਈਮ ਲੱਗਣਾ ਕਿਉਂਕਿ ਅਸੀਂ ਬਾਹਰਲੇ ਸਟੇਟ 'ਚ ਬੰਦੇ ਗਏ ਨੇ, ਕੈਦੀ ਉੱਥੇ ਟਾਈਮ ਲੱਗਣਾ ਹੀ ਲੱਗਣਾ, ਅਤੇ ਤੁਸੀਂ ਸਾਡੇ 'ਤੇ ਯਕੀਨ ਕਰੋ, ਵਿਸ਼ਵਾਸ ਕਰੋ। ਅਤੇ ਮੈਨੂੰ ਦੱਸੋ, ਅੱਜ ਦਾਦੂਵਾਲ ਸਾਹਿਬ ਨੇ ਅਪੋਜ਼ ਕੀਤਾ, ਮੈਨੂੰ ਸਤਿਕਾਰ ਹੈ, ਜਦੋਂ ਸਿੰਘ ਸਾਹਿਬ ਥਾਪਿਆ ਗਿਆ ਸਰਬੱਤ ਖਾਲਸਾ ਨੇ ਜਾਂ ਕਿਸੇ ਨੇ ਵੀ, ਜਿਹੜਾ ਬੰਦਾ ਧਾਰਮਿਕ ਹੈ ਮੈਥੋਂ ਤੁਹਾਥੋਂ ਵੱਧ ਜਾਣਦਾ, ਮੈਨੂੰ ਵੈਸੇ ਸਤਿਕਾਰ ਉਸ ਬੰਦੇ ਦਾ। ਅਤੇ ਜੇ ਉਹ ਬੰਦਾ ਸਟੇਟ ਸਕੱਤਰ ਹੋ ਕੇ ਆਪ ਸਭ ਕੁਝ ਅਨਾਊਂਸ ਕਰਦਾ ਰਿਹਾ ਉੱਥੇ, ਅੱਜ ਉਹਨਾਂ ਦੀ ਇਹ ਬੋਲੀ ਬੋਲਣੀ ਕੋਈ ਚੰਗੀ ਨਹੀਂ ਲੱਗਦੀ, ਪਹਿਲੀ ਗੱਲ ਤਾਂ ਇਹ ਹੈ। ਨਾਲੇ ਜੇ ਕੋਈ ਤੁਹਾਡੇ ਆਪਸ ਵਿੱਚ ਕਿਤੇ ਤੁਹਾਡਾ ਬਰਾਬਰਤਾ ਨਹੀਂ ਸਮਝ ਆਈ, ਫਰਕ ਹੈ ਤੁਹਾਡੇ 'ਚ, ਉਹ ਗੱਲ ਕਮਰੇ ਬੰਦ 'ਚ ਕਰ ਲੈਣੀ ਚਾਹੀਦੀ। ਸਿੰਘ ਸਾਹਿਬਾਨਾਂ ਨੂੰ ਆਪਾਂ ਕੌਮ ਨੂੰ ਕੀ ਸੰਦੇਸ਼ ਦਿੰਦੇ ਪਏ ਹਾਂ? ਉੱਥੇ ਤੁਸੀਂ ਸਟੇਟ ਸਕੱਤਰ ਹੋ ਕੇ ਬੋਲਦੇ ਪਏ ਹੋ, ਉੱਥੇ ਤੁਸੀਂ ਸਾਡੀ ਇੱਕ ਮੀਟਿੰਗ ਕੀਤੀ, ਜੇ ਤੁਸੀਂ ਵੀ ਸ਼ਾਇਦ ਆਏ ਸੀ ਉਸ ਮੀਟਿੰਗ, ਮੈਂ ਵੀ ਸੀਗਾ, ਤੁਸੀਂ ਸਾਰਿਆਂ ਦੀ ਸਲਾਹ ਲੈਂਦੇ ਪਏ, ਤੁਸੀਂ ਆਪ ਹੀ ਸਭ ਨੂੰ ਅੱਛਾ, ਹੁਣ ਤੁਸੀਂ ਬੋਲੋ ਜੀ, ਹੁਣ ਤੁਸੀਂ ਬੋਲੋ, ਸਭ ਕੁਛ ਦਾਦੂ ਸਾਹਿਬ ਨੇ ਇਹੀ ਕੀਤਾ, ਤੁਹਾਡੀ ਹਾਜ਼ਰੀ ਮੇਰੀ ਹਾਜ਼ਰੀ 'ਚ ਇਹੀ ਕੁਛ ਹੋਇਆ, ਅਤੇ ਹੁਣ ਉਹਨਾਂ ਦਾ ਬੋਲਣਾ ਚੰਗਾ ਨਹੀਂ ਲੱਗਦਾ। ਦੇਖੋ ਪਹਿਲੀ ਗੱਲ ਤਾਂ ਇਹ ਮੇਰੀ ਜ਼ਾਤੀ ਰਾਏ ਹੈ, ਚੰਗਾ ਨਹੀਂ ਲੱਗਦਾ। ਹੁਣ ਸਵਾਲ ਹੈ ਕਿ ਮੋਰਚਾ ਛੱਡ ਦੇਣਾ ਚਾਹੀਦਾ, ਅਸੀਂ ਨਹੀਂ ਸੀ ਛੱਡ ਦੇਣਾ ਚਾਹੀਦਾ, ਛੱਡਣ ਦਾ ਢੰਗ ਠੀਕ ਨਹੀਂ ਅਪਣਾਇਆ ਗਿਆ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਮੇਰੀ ਪਰਸਨਲ ਹੈ, ਇਹ ਮੈਂ ਭਾਈ ਧਿਆਨ ਸਿੰਘ ਮਾਨੋਰਾ ਨੂੰ ਕਿਹਾ, ਮੈਂ ਕਿਹਾ ਤੁਸੀਂ ਇੱਕ ਕੰਮ ਕਰਦੇ ਸੀ, ਤੁਸੀਂ 20 ਬੰਦੇ ਹੋਰ ਜਿਹੜੇ ਤੁਹਾਡੇ ਸਲਾਹਕਾਰ ਤੁਹਾਡੇ ਨੇੜੇ ਨੇ, ਜਿਹੜੇ ਸੀ ਮੈਂ ਨਹੀਂ, ਤੁਹਾਡੇ ਵਰਗੇ ਸਿਆਣੇ ਬੰਦਿਆਂ ਨੂੰ ਬੁਲਾ ਕੇ ਕਹੋ ਵੀ ਆਹ ਗੱਲ ਹੈ, ਹੁਣ ਦੱਸੋ ਹੋਰ ਕਿੰਨਾ ਕੁਦਣਾ। ਜਾਂ ਜਦੋਂ ਇਹਨਾਂ ਨੇ ਅਨਾਊਂਸ ਕਰ ਦਿੱਤਾ ਸੀ, ਤੁਸੀਂ ਤਾਂ ਵੀ ਕਹਿੰਦੇ ਜੀ ਤੁਹਾਡੀ ਮਿਹਰਬਾਨੀ, ਸੋਚ ਕੇ ਅਸੀਂ ਤੁਹਾਨੂੰ ਇੱਕ ਹਫ਼ਤੇ ਬਾਅਦ ਤੁਹਾਨੂੰ ਕੀ ਦੱਸਣਾ, ਸੰਗਤ ਨੂੰ ਦੱਸ ਦਿਆਂਗੇ, ਤੁਹਾਨੂੰ ਆਪਣੇ ਅਖਬਾਰਾਂ ਪੜ੍ਹ ਲਿਆ ਜਾਏ, ਆਹ ਤੁਹਾਡੇ ਕੋਲ ਗਲਤੀ ਹੋਈ ਹੈ ਜੀ। ਮੋਰਚਾ ਤਾਂ ਉੱਠ ਗਿਆ ਚੰਗੀ ਤਰ੍ਹਾਂ, ਜਿਵੇਂ ਤੁਸੀਂ ਸੁਜੈਸਟ ਕੀਤਾ ਜਾਂ ਮੰਡ ਹੋਰਾਂ ਨੇ ਤੁਹਾਨੂੰ ਕਿਹਾ ਵੀ ਹੋ ਸਕਦਾ ਸੀ ਆਹੀ ਕੁਛ ਹੋਣਾ ਸੀ, ਹੁਣ ਪਹਿਲਾਂ ਤਾਂ ਦੱਸੋ ਉਹਨਾਂ ਨਾਲ ਰਾਬਤਾ ਹੈ ਤੁਹਾਡੇ ਦੋਨਾਂ ਨਾਲ, ਦਾਦੂਵਾਲ ਔਰ ਧਿਆਨ ਸਿੰਘ ਮੰਡ ਹੋਰਾਂ ਨਾਲ? ਮੇਰਾ ਮੰਡ ਸਾਹਿਬ ਨਾਲ ਰਾਬਤਾ ਹੈਗਾ ਜੀ। ਅੱਛਾ, ਮੇਰਾ ਰਾਬਤਾ ਹੈਗਾ ਜੀ, ਮੈਨੂੰ ਫੋਨ ਵੀ ਆਉਂਦਾ ਰਹਿੰਦਾ, ਮੈਨੂੰ ਮਿਲੇ ਵੀ ਨੇ 2 ਵਾਰੀ, ਇਹ ਗੱਲ ਨਹੀਂ ਹੈ। ਉਹਨਾਂ ਨੂੰ ਲੱਗਦਾ ਨਹੀਂ, ਉਹਨਾਂ ਦੇ ਮਨ 'ਚ ਇੱਕ ਵੱਡੀ ਉਦਾਸੀ ਨਹੀਂ ਹੈ ਕਿ ਵੀ ਇੰਨੀ ਮੈਂ ਮਿਹਨਤ ਕੀਤੀ, ਉਦੋਂ ਬਾਅਦ ਲੋਕ ਸਾਰੇ ਮੇਰੇ 'ਤੇ ਪਾ ਰਹੇ ਨੇ, ਸਾਰੇ ਸਿਰਫ ਸਰਬਜੀਤ ਸਿੰਘ ਮਾਨ ਤੋਂ ਬਿਨਾਂ ਸਾਰੇ ਜਿਹੜਾ ਹੈ ਇਲਜ਼ਾਮ ਉੱਧਰ ਜਾ ਰਿਹਾ ਕਿ ਉਹਨਾਂ ਨੇ ਡਿਕਟਰਾਨਾ ਢੰਗ ਨਾਲ ਮੋਰਚਾ ਖਤਮ ਕਰਤਾ। ਉਹਨਾਂ ਦੇ ਮਨ 'ਚ ਹੈ ਕਿ ਮੋਰਚੇ ਦੀਆਂ ਪ੍ਰਾਪਤੀਆਂ ਹੈਗੀਆਂ ਨੇ, ਅਤੇ ਇਹਨਾਂ ਪ੍ਰਾਪਤੀਆਂ ਨੂੰ ਨਕਦ ਪਹਿਲੇ ਮੇਰੇ ਸਾਥੀ ਨੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਇਹਦੇ 'ਚ ਮਿੱਟੀ ਪਾਈ ਹੈ ਬਹੁਤੀ, ਅਤੇ ਬਾਕੀਆਂ ਨੇ ਇਹਨੂੰ ਸੋਚਿਆ ਵਿਚਾਰਿਆ ਵੀ ਨਹੀਂ। ਅਮਰੀਕ ਸਿੰਘ ਅਜਨਾਲਾ ਤਾਂ ਰਿਜ਼ਾਈਨ ਹੀ ਕਰ ਚੁੱਕਾ ਸੀ, ਆਪਸ ਵਿੱਚ ਬੈਠੇ ਜੀ, ਜਿਹੜੀ ਗੱਲ ਹੈ ਜੀ ਆਉਂਦੇ ਜਾਣ ਵਾਲੀ ਗੱਲ ਰਹਿ ਗਈ ਹੈ। ਅਤੇ ਜਦੋਂ ਉਹ ਮਹਿਸੂਸ ਕਰਨ ਲੱਗ ਗਿਆ ਕਿ ਲੋਕ ਇਹਨੂੰ ਕਹਿਣ ਲੱਗੇ ਵੀ ਜੇ ਬੰਦ ਨਹੀਂ ਸੀ ਕਰਨਾ ਚਾਹੀਦਾ, ਇਹ ਨਹੀਂ ਸੀ ਕਰਨਾ ਚਾਹੀਦਾ, ਉਸਨੇ ਵੀ ਦੱਸੋ ਵੀ ਹੋਰ ਕੀ ਰਹਿ ਕੀ ਗਿਆ ਸੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਪੁੱਛਦਾ ਜੀ, ਉਹਨਾਂ ਮੈਨੂੰ ਗੱਲ ਕਹੀ, ਮੈਂ ਕਿਹਾ ਜੀ ਜੇ ਤੁਸੀਂ ਚਲੋ ਤਰੀਕਾ ਤੁਹਾਡਾ ਗਲਤ ਹੋ ਗਿਆ, ਰਿਜ਼ਲਟ ਤੁਹਾਡਾ ਇਹ ਨਿਕਲਣਾ ਸੀ, ਇਹਨੂੰ ਮੈਨੂੰ ਕਹਿਣ ਲੱਗੇ ਚੀਫ ਸੈਕਟਰੀ ਸਾਹਿਬ ਨੂੰ ਕਹਿ ਕੇ ਬੁਲਾਉਂਦੇ ਨੇ, ਚੀਫ ਸੈਕਟਰੀ ਸਾਹਿਬ ਜੀ ਗੱਲ ਦੱਸੋ, ਜਿਹੜਾ ਬੰਦਾ ਕਰਨਾਟਕਾ ਦੀ ਜੇਲ੍ਹ 'ਚ ਹੈ ਅਤੇ ਟਾਡਾ ਉਹਦੇ ਲੱਗਾ ਹੋਇਆ ਜੀ, ਉਹ ਪੰਜਾਬ ਵਿੱਚ ਸ਼ਾਮ ਤੱਕ ਆ ਜੂਗਾ? ਕੋਈ ਗੌਰਮੈਂਟ ਦਾ ਸਿਸਟਮ ਤਾਂ ਹੈਗਾ, ਤੁਹਾਨੂੰ ਪਤਾ ਸੀ ਜਦੋਂ ਮੋਰਚੇ 'ਤੇ ਬੈਠੇ ਸੀ ਅਸੀਂ ਮੰਗਾਂ ਪੂਰੇ ਮੰਨੋ ਨਹੀਂ ਜੀ, ਪਰ ਤੁਸੀਂ ਹੈਰਾਨ ਹੋ ਗਏ ਅਜੇ ਸਾਹਿਬ, ਤੁਸੀਂ ਕਿਹਾ ਵੀ ਤੁਸੀਂ ਟੱਚ ਹੋ ਕੇ ਨਹੀਂ, ਮੈਨੂੰ ਇਹਨਾਂ ਨੇ ਕਿਹਾ ਵੀ ਇੱਕ ਸਾਡੀ ਮੀਟਿੰਗ ਹੈ ਸਰਕਾਰ ਦੇ ਬੰਦਿਆਂ ਨਾਲ, ਅਤੇ ਤੁਸੀਂ ਚਲੇ ਜਾਇਆ ਜੀ ਉੱਥੇ, ਨਾਲ ਜਾਇਆ ਜੀ ਜ਼ਰੂਰ। ਮੈਂ ਕਿਹਾ ਚੰਗਾ, ਮੈਂ ਚਲਾ ਗਿਆ ਜੀ। ਉਹ ਮੀਟਿੰਗ ਮੇਰੀ ਹੋਈ ਸਰ ਸੁਖਜਿੰਦਰ ਸਿੰਘ ਰੰਧਾਵਾ ਨਾਲ, ਉਹਦੇ ਵਿੱਚ ਆਈ ਜੀ ਕ੍ਰਾਈਮ ਵੀ ਸੀ, ਡੀ ਜੀ ਕ੍ਰਾਈਮ ਵੀ ਸੀ, ਡੀ ਜੀ ਜੇਲ੍ਹ ਵੀ ਸੀ। ਅਸੀਂ 1 ਘੰਟਾ ਸਾਡੀ ਮੀਟਿੰਗ ਹੋਈ ਜੀ, ਇਕੱਲਾ ਇਕੱਲਾ ਕੇਸ ਜਿਹੜੇ ਬਾਹਰ ਦੇ ਪ੍ਰਿਜ਼ਨ ਹੈਗੇ ਡਿਸਕਸ, ਇਕੱਲਾ ਇਕੱਲਾ ਕੇਸ ਡਿਸਕਸ, ਇਹਦੇ 'ਚ ਕੀ ਡਿਟੇਲ ਹੈ? ਮੈਨੂੰ ਨਾ ਇੱਕ ਗੱਲ ਦੀ ਖੁਸ਼ੀ ਹੋਈ ਕਿ ਸਾਡੇ ਸਾਹਮਣੇ ਅਸੀਂ ਕਿਹਾ ਵੀ ਤੁਸੀਂ ਇੱਕ ਰਾਜਸਥਾਨ ਸਾਡੀ ਫਾਈਲ ਰੁਕੀ ਪਈ ਹੈ, ਤੁਸੀਂ ਭੇਜਿਆ ਸੀ, ਉਹ ਅੱਗੇ ਜਾਂਦੀ ਨਹੀਂ ਪਈ, ਗੌਰਮੈਂਟ ਦਾ ਅਪਰੂਵਲ ਨਹੀਂ, ਅਤੇ ਤੁਸੀਂ ਗੱਲ ਕਰੋ।
उस बंदे ने अपने पीए नूं कहा कि मैं नंबर लैके दे। साढ़े सामने ने फोन करके उन्हें गल की, वह कहणगे साडी सरकार उत्थे राजस्थान की बन गई है, असी तिने तीन चार दिन तुहानूं फाइल क्लीयर करके आप दस देंगे जी। उन्हें कहा भी चार दिन बाद तुसीं मैनूं फोन करके पुछ लेना, तुहाडे च कोई भी पुछ लवे मैनूं, कोई गल नहीं। एक गल मैं महसूस करदा, मैं तुहाडे पढ़िया लिखिया बंदा करके, कि सरकार दे काम किसी ढंग नाल हुंदे ने जी। जिहड़े मिनिस्ट्री ऑफ होम ने कोई बंदे दी परमिशन देनी है फॉर ट्रांसफर ऑफ जेल फ्रॉम वन स्टेट टू अनदर, एक स्टेट तो दूजी, वो MHA ने देनी है जी। MHA सरकार पंजाब सरकार नाल तां होस्टाइल वर्गी है ना जी, माफ करिए, इन्हां दी कोई हकी बहुती हकी हाली तक तो है नहीं कोई। सो इन्हां दा काम थोड़ा थोड़ा जिहा औखा भी है, पर कोई गल नहीं जी। ये जत्थेदार हवारा दी जिहड़ी दखलअंदाजी होर सुन लो, मैं जसदार हवारा दी जिहड़ी मीटिंग करके आए ने, उस तो बाद मैनू मंड साहब ने एक घंटा सारी गल एक्सप्लेन दसी आपकी थोड़ी मीटिंग की हुई है। मैं कहिंदा मीटिंग बहुत चंगी हुई, बिल्कुल ठीक ने, राजी ने। उन्हें कहा भी इदा बयानबाजी सारे बंद करो, अपनी मीटिंगा मूटिंगा भी हुण होर ना करो, चंगा कीता काम चलिया, सरकार कोलों कम करवा लो जिहड़े हुंदे पए ने। क्योंकि वो जेल च हैगे, उन्हें कहा भी सरकार दे कम एवें नहीं हुंदे जद तक पिछे ना लगी। तां थोड़ा ख्याल इह लगदा जे थोड़ी गल असीं मन्नीए ਤਾਂ ਹੁਣ ਮੋਰਚਾ ਦੁਆਰਾ ਕੋਈ ਅਗਲਾ ਪੜਾਅ ਨਹੀਂ ਸ਼ੁਰੂ ਹੋਊਗਾ? ਦੇਖੋ ਜੇ ਤਾਂ ਉਹਨਾਂ ਨੇ ਇਹਨਾਂ ਦੀਆਂ ਗੱਲਾਂ ਗੁੱਲਾਂ ਲਈਆਂ ਮੰਨ ਹੋ ਗਈਆਂ ਇਹਨਾਂ ਟਾਈਮ ਸਪੈਨ ਕੋਈ 20 ਦਿਨ 25 ਦਿਨ 30 ਦਿਨ ਵਿੱਚ ਜਿਹੜੇ ਬੰਦੇ ਰਹੇ ਭੇਜਣ ਵਾਲੇ ਨੇ ਉਹਦੇ 50-60% ਬੰਦੇ ਆ ਗਏ, ਫਿਰ ਤਾਂ ਸ਼ਾਇਦ ਹੋਰ ਨਾ ਲੱਗੇ। ਪਰ ਜੇ ਨਾ ਲੱਗੀਆਂ, ਇਹ ਕਹਿਣਗੇ ਸਰਕਾਰ ਮੁੱਕਰ ਗਈ ਹੈ, ਇਹਨਾਂ ਦੇ ਵਜ਼ੀਰ ਆ ਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਹਿ ਕਹਿੰਦੇ ਅਸੀਂ ਕੀ ਇਤਵਾਰ ਕਰੀਏ। ਇੱਕ ਮੈਂ ਗੱਲ ਮੰਡ ਸਾਹਿਬ ਨੂੰ ਕਹੀ ਸੀ ਜੀ ਕਿਸੇ ਵੇਲੇ, ਮੈਂ ਕਿਹਾ ਯਾਦ ਰੱਖਿਆ ਜੇ ਇਹ ਪੁਰਾਣਾ ਇਤਿਹਾਸ ਤੁਹਾਨੂੰ ਯਾਦ ਹੋਵੇ ਕਿ ਮਾਸਟਰ ਤਾਰਾ ਸਿੰਘ ਦਾ ਮਰਨ ਵਰ ਤੁੜਾਇਆ ਸੀ, ਮਹਾਰਾਜਾ ਯਾਦਵਿੰਦਰ ਸਿੰਘ ਆਪ ਗਿਆ ਸੀ ਉੱਥੇ ਕਿ ਜੀ ਨਹਿਰੂ ਜੀ ਤੁਹਾਡੀ ਗੱਲਾਂ ਮੰਨ ਗਏ, ਤੁਸੀਂ ਵਰਤ ਤੋੜ ਦਿਓ ਜੀ। 73ਵੇਂ ਦਿਨ ਤੋੜਿਆ ਸੀ ਵਰਤ, ਚੇਤਾ ਹੋਊਗਾ ਜੀ। ਸੰਤ ਫਤਿਹ ਸਿੰਘ ਦਾ ਮਰਨ ਵਰਤ, ਉਹਨਾਂ ਨੇ ਅਗਨ ਕੁੰਡੇ ਜਾਣਾ ਸੀ, ਇੱਕ ਘੰਟਾ ਪਹਿਲਾਂ ਸਰ ਹੁਕਮ ਸਿੰਘ ਚਾਰਟਰ ਫਲਾਈਟ ਕਰਕੇ ਆਏ ਜੀ, ਅਤੇ ਉਹਦਾ ਅਕਾਲ ਤਖ਼ਤ ਆ ਕੇ ਕਿਹਾ ਜੀ ਗੱਲ ਨਹਿਰੂ ਜੀ ਨੇ ਮੈਨੂੰ ਭੇਜਿਆ ਅਤੇ ਉਹਨਾਂ ਤੁਹਾਡੀ ਗੱਲ, ਸਾਡੇ ਨਾਲ ਧੋਖੇ ਬੜੇ ਹੋਏ ਨੇ। ਮੈਂ ਕਿਹਾ ਮੰਡ ਸਾਹਿਬ, ਇਹ ਗੱਲ ਮੈਂ ਇੱਕ ਵਾਰੀ ਅੱਗੇ ਵੀ ਆਖੀ ਸੀ ਤੁਹਾਨੂੰ, ਅਤੇ ਇੱਕ ਬੇਨਤੀ ਹੋਰ ਕਰਾਂ, ਜੇ ਕਿਤੇ ਮੈਨੂੰ ਉੱਥੇ ਬੋਲਣ ਦਾ, ਮੈਂ ਗਿਆ ਵੀ ਨਹੀਂ ਉਸ ਦਿਨ ਜਿਸ ਦਿਨ ਤੁਹਾਡਾ ਫੈਸਲਾ ਹੋਇਆ, ਜੇ ਮੈਂ ਗਿਆ ਹੁੰਦਾ ਤਾਂ ਮੈਂ ਤਾਂ ਕਹਿਣਾ ਸੀ ਵੀ ਦੋ ਵਜ਼ੀਰ ਆਏ ਬੈਠੇ ਹੋ, ਸਾਡੇ ਨਾਲ ਬੜੇ ਧੋਖੇ ਹੋਏ ਨੇ ਅੱਗੇ ਜੀ, ਗੱਲਾਂ ਕਰ ਕਰਕੇ ਸਾਡਾ ਮੁੱਕਰਦੇ ਗਏ ਨੇ। ਅਤੇ ਤੀਜੀ ਗੱਲ, ਇਹ ਰਾਜੀਵ ਲੌਂਗੋਵਾਲ ਸਮਝੌਤਾ ਲਿਖਤੀ ਹੁੰਦਾ ਅਤੇ ਅੱਜ ਤੱਕ ਅਮਲ ਨਹੀਂ ਹੁੰਦਾ, ਅਸੀਂ ਇਤਵਾਰ ਕਿਸ 'ਤੇ ਕਰੀਏ? ਫਿਰ ਇਹੀ ਹੈ ਵੀ ਤੁਸੀਂ ਗੁਰਸਿੱਖ ਹੋ, ਤੁਸੀਂ ਅੰਮ੍ਰਿਤਧਾਰੀ ਹੋ, ਰੰਧਾਵਾ ਸਾਹਿਬ ਅਤੇ ਗੁਰੂ ਸਾਹਿਬ ਮੂੰਹ ਕਰਕੇ ਕਹੀ ਜਾਂਦੇ, ਤੁਹਾਨੂੰ ਇਤਵਾਰ ਸਾਨੂੰ ਕਰਨਾ ਹੀ ਪੈਣਾ। ਆਹੀ ਗੱਲ ਹੈ ਜਿਹੜੀ ਮੂੰਹ 'ਤੇ ਹੋਰ ਵੀ ਸ਼ਰਮ ਕੀਤੀ ਜਾ ਸਕਦੀ ਸੀ। ਯਕੀਨ ਕਰਿਆ ਜੀ, ਇਹੀ ਗੱਲ ਮੈਂ ਇਸ ਵਾਰੀ ਜਿਹੜੀ ਹੁਣ ਮੀਟਿੰਗ ਕੀਤੀ ਸਰਕਾਰ ਦੇ ਬੰਦੇ, ਮੈਂ ਨਾਲ ਸੀਗੇ ਇਹਨਾਂ ਦੇ, ਅਤੇ ਮੈਂ ਸੁਖੀ ਰੰਧਾਵੇ ਨੂੰ ਇਹ ਗੱਲ ਫਿਰ ਆਖੀ, ਮੈਂ ਕਿਹਾ ਦੇਖ ਚੇਤੇ ਕਰਿਆ ਜੇ, ਜਿਹੜੇ ਜਿਹੜੇ ਨੇ ਮਹਾਰਾਜ ਤੋਂ ਮੁੱਖ ਮੋੜਿਆ ਨਾ, ਉਹ ਬਚਿਆ ਨਹੀਂ ਅਤੇ ਬਚਣਾ ਤੁਸੀਂ ਵੀ ਨਹੀਂ, ਅਤੇ ਜੇ ਤੁਸੀਂ ਜੋ ਵਾਅਦਾ ਕਰਕੇ ਪੂਰਾ ਨਾ ਲਾਇਆ, ਮੈਂ ਤੁਹਾਨੂੰ ਇਸ ਅੰਦਰ ਕਹਿਣ ਆਇਆ ਜੀ, ਥ੍ਰੈਟ ਦੇਣ ਤੋਂ ਆਇਆ ਨਹੀਂ, ਤੁਹਾਡਾ ਤਾਂ ਤੁਹਾਡਾ ਮੋਰਲ ਪ੍ਰੈਸ਼ਰ ਹੀ ਹੋਣਾ ਚਾਹੀਦਾ, ਹੋਣਾ ਚਾਹੀਦਾ ਬਿਲਕੁਲ। ਮੇਰਾ ਆਪਣਾ ਖਿਆਲ ਹੈ ਜੀ, ਜੋ ਮੈਂ ਮਹਿਸੂਸ ਕੀਤਾ ਉਹਨਾਂ ਦੀ ਇੰਟੈਂਸ਼ਨ ਜੀ ਮਾੜੇ ਨੇ। ਇਹ ਤਾਂ ਤੀਜੀ ਮੰਗ 'ਤੇ ਹੋ ਗਈ ਨਾ ਗੱਲ, ਜਿਹੜੀ ਪਹਿਲੀ ਹੈ ਬੇਅਦਬੀ ਦੀ ਸਜ਼ਾ ਦੇ ਮਾਮਲੇ 'ਚ, ਕੀ ਤੁਹਾਨੂੰ ਲੱਗਦਾ ਕੋਈ SID ਤੋਂ ਬਾਅਦ ਕੁਛ ਕਦੋਂ ਤੱਕ ਜਾਂ ਕਿਵੇਂ ਹੋਏਗਾ ਇਹ ਸਾਰਾ? ਦੇਖੋ ਜੀ, SID ਤੋਂ ਬਾਅਦ ਜੀ ਪ੍ਰੋਸੈਸ ਆਫ ਲਾਅ ਤਾਂ ਪ੍ਰੋਸੈਸ ਆਫ ਲਾਅ ਹੀ ਹੁੰਦਾ ਜੀ, ਯਾਦ ਰੱਖੀਏ। ਜਿਹੜੇ ਪੁਲਿਸ ਅਫਸਰਾਂ ਨੇ ਸਟੇਅ ਲਿਆ ਹਾਈਕੋਰਟ ਤੋਂ, ਉਹਨਾਂ ਦੀ ਕਾਰਵਾਈ ਹੋਈ ਹੈ, ਉਹਨਾਂ ਨੇ ਆਪਣੀ ਜਜਮੈਂਟ ਰਿਜ਼ਰਵ ਰੱਖ ਦਿੱਤੀ ਹੈ। ਮੋਰਚੇ ਵਾਲਿਆਂ ਨੇ ਕਿਹਾ ਕਿ ਸਰਕੇ ਵਕੀਲ ਤੁਹਾਡੇ ਪੇਸ਼ ਹੋ ਜਾਂਦੇ ਨੇ ਅਤੇ ਤਰੀਕਾਂ ਲੈ ਕੇ ਤੁਰ ਜਾਂਦੇ ਨੇ, ਇਸ ਵਾਰੀ ਤਾਂ ਸਾਡੇ ਵਕੀਲ ਹੀ ਨਾਲ ਜਾਣਗੇ ਭਾਵੇਂ ਕੇਸ ਤੁਹਾਡਾ ਹੈਗਾ, ਉਹ ਮੰਨ ਗਿਆ ਜੀ। ਸੋ ਦੋ ਵਕੀਲ ਇੱਥੋਂ ਨਾਲ ਇਹਨਾਂ ਗਏ, ਜਿਹੜੇ ਉਸ ਵੇਲੇ ਆਪ ਹਾਜ਼ਰ ਹੋਏ, ਉਹਨਾਂ ਨੇ ਆਰਗੂ ਵੀ ਕੀਤਾ ਅਲੌਂਗ ਵਿਦ ਚਿਦੰਬਰਮ ਕੀਤਾ। ਉਹਨਾਂ ਵਕੀਲਾਂ ਦੀ ਇਹ ਸੀ ਕਿ ਨਹੀਂ, ਜੋ ਅਸੀਂ ਕਹਿਣਾ ਸੀ ਦਿਲ ਨਾਲ ਅਸੀਂ ਕਿਹਾ, ਜੋ ਸਾਡਾ ਮਨ ਆਇਆ ਕਿਹਾ। ਹੁਣ ਵਾਲੀ ਸਾਹਿਬ ਫੈਸਲੇ ਦਾ ਜੱਜ ਨੇ ਕਰਨਾ ਕਿ ਜਿਹਦਾ ਸਟੇਅ ਲਿਆ ਪੁਲਿਸ ਏਰੀਆ ਨੂੰ ਉਹ ਸਟੇਅ ਤੋੜਨਾ ਕਿ ਨਹੀਂ ਤੋੜਨਾ। ਜੇ ਇਹ ਸਟੇਅ ਟੁੱਟ ਜਾਂਦਾ ਤਾਂ ਯਕੀਨ ਕਰਿਆ ਜੇ ਲੈਸ ਦੈਨ 6 ਆਵਰਸ ਅਰੈਸਟ ਹੋ ਜਾਣਗੇ ਬੰਦੇ ਜਿਹਨਾਂ ਨੇ ਗੋਲੀਆਂ ਚਲਾਈਆਂ ਨੇ। ਔਰ ਤੁਸੀਂ ਨੋਟ ਕਰਿਆ ਜੇ ਜੀ, ਸੈਣੀ ਨੇ ਬਾਦਲਾਂ ਦਾ ਦੱਸੋ ਕੀ ਇਹਦੇ 'ਚ? ਦੇਖੋ ਤੁਸੀਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੜ੍ਹੀ ਹੈ ਸਾਰੀ? ਆਪ ਜੀ ਪੜ੍ਹੀ ਉੱਥੇ? ਦੇਖੀਏ ਉਹਦੇ ਵਿੱਚ, ਉਹਦੇ ਵਿੱਚ ਕੋਈ ਆਪਸ ਵਿੱਚ ਬੈਠੇ ਹਾਂ, ਕੋਈ ਡਾਇਰੈਕਟਲੀ ਗੱਲ ਤਾਂ ਬਣਦੀ ਨਹੀਂ, ਬਣਦੀ ਗੱਲ ਬਣਦੀ ਹੈ ਸੈਣੀ ਆਦੀ ਤੋਂ ਗੱਲ ਨਿਕਲਦੀ ਹੈ ਸਾਰੀ ਜੀ, ਠੀਕ ਹੈ ਨਾ। ਉਹ ਸੈਣੀ ਦੀ ਗੱਲ ਸੈਣੀ ਦੀ ਸਟੇਟਮੈਂਟ ਤੋਂ ਨਿਕਲਦੀ ਹੈ, ਇੱਕ ਗੱਲ। ਦੂਜੀ ਗੱਲ, ਅਤੇ ਜੇ ਸੈਣੀ ਨੂੰ ਪਤਾ ਹੈ ਜੇ
ਫਾਂਸੀ ਉਹਦੇ ਗੱਲ ਵੀ ਜ਼ਿਆਦਾ ਲੱਗ ਸਕਦੀ ਹੈ, ਉਹ ਕੁਦਰਤੀ ਗੱਲ ਕਿਸੇ ਨਾਲ ਬੋਲੇਗਾ ਬੋਲੇਗਾ, ਮੈਨੂੰ ਤਾਂ ਉਹਨੇ ਕਿਹਾ ਸੀ, ਮੈਂ ਤਾਂ ਕਿਹਾ, ਮੈਂ ਤਾਂ ਡਾਇਰੈਕਸ਼ਨ ਮੈਂ ਤਾਂ ਡਾਇਰੈਕਟ ਕਿਹਾ ਸੀ। ਹੁਣ ਕੱਲ ਪਰਸੋਂ ਮੈਂ ਇੱਕ ਮੈਸੇਜ ਪੜ੍ਹ ਰਿਹਾ ਸੀਗਾ ਕਿ ਫਿਰ ਹਸਪਤਾਲ ਕਿਉਂ ਖਾਲੀ ਕਰਾ ਗਿਆ ਸੀ ਕੋਟਕਪੂਰੇ ਦੇ ਲਾਗੇ ਚੱਲ ਗਿਆ, ਪਤਾ ਸੀ ਨਾ ਡਾਕਟਰਾਂ ਨੂੰ ਬੁਲਾ ਲਿਆ ਸੀ, ਕੁਝ ਕਰ ਲਿਆ ਸੀ, ਇਹ ਵੀ ਸਾਰੇ ਇਹ ਗੱਲਾਂ ਹੋਰ ਐਡ ਹੁੰਦੀਆਂ ਨੇ। ਹੁਣ ਜੇ ਇਨਵੈਸਟੀਗੇਸ਼ਨ ਉਸ ਪਾਸੇ ਤੁਰ ਪਵੇ ਕਿ ਉਸ ਵੇਲੇ ਕਿੰਨੇ ਬੈਡ ਖਾਲੀ ਕਰਾਏ ਗਏ ਸੀਗੇ, ਉਸ ਤੋਂ ਪਹਿਲੇ ਦਿਨ ਕਿੰਨੇ ਬੰਦੇ ਸੀਗੇ, ਤਾਂ ਗੱਲ ਹੋਰ ਉਸ ਪਾਸੇ ਤੁਰ ਪੈਂਦੀ ਹੈ। ਮੇਰਾ ਮਤਲਬ ਹੈ ਜੀ ਇਹ ਕੰਮ ਸ਼ੁਰੂ ਤਾਂ ਹੋਊਗਾ, ਹੁਣ ਇਹ ਹੁੰਦਾ ਤਾਂ ਹੈ ਨਹੀਂ। ਉਹਨਾਂ ਨੇ ਸਮਨ ਕਿਹਾ ਵੀ ਰਾਮ ਰਹੀਮ ਨੂੰ ਸਮਨ ਕਰੋ ਜਾਂ ਉੱਥੇ ਆਪ ਬੰਦੇ ਜਾਣ, ਉਹਨੂੰ ਦੱਸ ਕਿੰਨੇ ਫੜ ਕੇ ਲਿਆਉਣਾ। ਇਹਦੇ 'ਚ ਕਿੰਨਾ ਸੱਚ ਹੈ ਕਿ ਸੁਖਵੀਰ ਸਿੰਘ ਬਾਦਲ ਤੁਹਾਡੇ ਆਪਦੇ ਸੋਰਸਿਸ ਨੇ ਕਿ ਉੱਥੇ ਅਕਸ਼ੇ ਕੁਮਾਰ ਨੇ ਮੀਟਿੰਗ ਕਰਾਈ ਅਤੇ ਜੋ ਕੁਛ ਜਿਹੜਾ ਹਰਬੰਸ ਸਿੰਘ ਜਲਾਲ ਕਹਿ ਰਿਹਾ ਉਹ ਕਿੰਨਾ ਸੱਚ ਹੈ ਉਹਦੇ 'ਚ? ਦੇਖੋ ਜੀ ਮੈਂ ਕੋਈ ਸੋਰਸਿਸ ਤਾਂ ਨਹੀਂ ਹੈਗੇ ਜੀ, ਜੀ ਉੱਥੇ ਮੀਟਿੰਗ ਹੋਈ ਨਾ ਹੋਈ, ਕਿੰਨੇ ਵਜੇ ਹੋਈ, ਕਿਹਦੇ ਘਰ ਹੋਈ, ਉਹਦੇ ਘਰ ਹੋਈ ਕਿ ਕਿਸੇ ਹੋਰ ਐਕਟਰੈਸ ਦੇ ਘਰ ਹੋਈ, ਜਿੱਥੇ ਮੁਕਰਦੇ ਕਿਸੇ ਅਕਸ਼ੇ ਕੁਮਾਰ ਦੇ ਘਰ ਨਹੀਂ ਹੋਈ। ਇਹ ਬਹੁਤੇ ਤਾਂ ਉਹੀ ਕਹਿ ਸਕਦੇ ਨੇ ਜਿਹੜੇ ਵਿੱਚ ਪੂਰੇ ਇਨਵੋਲਵ ਸੀਗੇ ਜੀ, ਬਾਕੀ ਮੇਰੀਆਂ ਖਬਰਾਂ ਤਾਂ ਬਹੁਤੀਆਂ ਅਖਬਾਰੀ ਪੜ੍ਹੀਆਂ ਜਾਂ ਤਾਂ ਸੁਣੀਆਂ ਸੁਣਾਈਆਂ ਨੇ, ਸੋ ਉਹਨਾਂ ਗੱਲਾਂ ਨੂੰ ਮੈਂ ਅਥੈਂਟਿਕ ਨਹੀਂ ਕਹਿ ਸਕਦਾ ਜੀ। ਪਰ ਇੱਕ ਗੱਲ ਮੇਰੀ ਸਮਝ ਲਓ ਜੀ ਕਿ ਇਹ ਗੱਲ ਐਡੀ ਸੌਖੀ ਤਾਂ ਹੁੰਦੀ ਨਹੀਂ ਜਦ ਤੱਕ ਉੱਪਰਲੇ ਬੰਦੇ ਕੋਈ ਇਨਵੋਲਵ ਨਾ ਹੋਣ ਤਾਂ ਜੀ। ਅਤੇ ਤੁਹਾਡਾ ਕੀ ਖਿਆਲ ਹੈ ਕਿ ਮਾਫ਼ ਕਰਨ ਵਾਲਾ ਕੰਮ ਅੱਗੇ ਨਹੀਂ ਗੁਰਬਚਨ ਸਿੰਘ ਨੇ ਕਰਤਾ ਹੋਣਾ ਜਾਂ ਗੁਰਮੁਖ ਸਿੰਘ ਹੋਰਾਂ ਨੇ ਕਰਤਾ ਹੋਣਾ ਜੀ? ਇਹ ਜਿਹੜਾ ਤੁਸੀਂ ਜਦੋਂ ਤੁਸੀਂ ਗੁਰਮੁਖ ਸਿੰਘ ਦੇ ਫੋਨ ਦੀ ਗੱਲ ਕਰ ਰਹੇ ਸੀ ਵੀ ਗੁਰਮੁਖ ਸਿੰਘ ਨੇ ਫੋਨ ਕੀਤਾ, ਫੋਨ ਚੁੱਕ ਕੇ ਖਿੱਚਿਆ, ਹਾਂ ਖਿੱਚਿਆ, ਉਹ ਜਦੋਂ ਜੇ ਗੁਰਮੁਖ ਸਿੰਘ ਉਦੋਂ ਆਪ ਡਾਇਸੈਂਟੀ ਦਿੱਤਾ ਇੱਕ ਕਿਸਮ ਦਾ, ਤਾਂ ਉਹ ਗੱਲ ਸਮਝ ਨਹੀਂ ਆਈ ਵੀ ਉਹ ਕਹਿੰਦਾ ਵੀ ਸਾਰੇ। ਹੁਣ ਤੁਸੀਂ ਫਿਰ ਇੱਕ ਡਾਇਮੈਂਸ਼ਨ ਹੋਰ ਖੋਲੀਏ ਵੀਰੀ ਮੇਰੇ ਕੋਲ। ਜਦੋਂ ਅਕਾਲ ਤਖ਼ਤ ਸਾਹਿਬ 'ਤੇ ਇੱਕ ਮੀਟਿੰਗ ਸੀ ਸਿੰਘ ਸਾਹਿਬਾਨਾਂ ਦੀ ਸਾਰਿਆਂ ਦੀ, ਅਤੇ ਗਿਆਨੀ ਗੁਰਮੁਖ ਸਿੰਘ ਤੁਹਾਨੂੰ ਯਾਦ ਹੋਊਗਾ ਇਹ ਮੀਟਿੰਗ ਜਾਵੇ ਨਾ, ਅਤੇ ਤਖ਼ਤ ਸਾਹਿਬ ਬੈਠੇ ਹੋਏ, ਮੈਨੂੰ ਫੋਨ ਆਇਆ ਵੀ ਗਿਆਨੀ ਗੁਰਮੁਖ ਸਿੰਘ ਜਾਂਦੇ ਨਹੀਂ ਪਏ। ਮੈਂ ਦਰਬਾਰ ਆਪਣੇ ਕਮਰੇ 'ਚ ਉੱਠਿਆ ਜੀ, ਸੜਕ ਕ੍ਰਾਸ ਕੀਤੀ ਅਤੇ ਪੈਰੋਂ ਨੰਗਾ ਜੀ, ਮੈਂ ਚਲਾ ਗਿਆ ਉੱਥੇ। ਅਜੇ ਸਾਰੇ ਸਿੰਘ ਸਾਹਿਬ ਉੱਥੇ ਸੀਗੇ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਕਹਿ ਰਿਹਾ ਸੀ ਕਿ ਚਲੋ ਅਸੀਂ ਮੀਟਿੰਗ 'ਚ ਚਲੋ। ਉਹ ਕਹਿੰਦੇ ਮੈਨੂੰ ਪਹਿਲਾਂ ਦੱਸੀ ਜਾਵੇ ਕਿ ਮੈਂ ਕਰੋੜ ਰੁਪਏ ਕਿੱਥੋਂ ਲਿਆ, ਮੈਨੂੰ ਪਹਿਲਾਂ ਉਹ ਦੱਸਾਂ, ਸਪਸ਼ਟਤਾ ਕੀਤੀ ਜਾਵੇ ਵੀ ਮੈਂ ਕਹਿੰਦਾ ਕਰੋੜ ਰੁਪਏ ਲਿਆ, ਉਹਦੇ ਐਲੀਗੇਸ਼ਨ ਕੋਲ ਲੱਗ ਰਿਹਾ ਸੀ। ਮੈਂ ਪਹੁੰਚ ਗਿਆ ਜੀ, ਮੈਂ ਕਿਹਾ ਸਿੰਘ ਸਾਹਿਬ ਜਾਓ ਜੋ ਆਪਣਾ ਮਨ ਹੈ ਨਾ ਮੀਟਿੰਗ ਜਾ ਕੇ ਦਿਓ, ਇੱਥੇ ਇੱਥੇ ਸਾਰੇ ਕੈਮਰੇ ਲੱਗੇ ਹੁੰਦੇ, ਅਖਬਾਰਾਂ ਅਖਬਾਰਾਂ ਵਾਲੇ ਫੋਟੋ ਖਿੱਚੀ ਜਾਂਦੇ ਨੇ, ਅਤੇ ਮੈਂ ਅੱਜ ਕਰੀ ਜਾਂਦਾ, ਕੋਈ ਕਹੇਗਾ ਕੋਈ ਮਿੰਤ ਕੱਢਦਾ ਪਿਆ, ਕੋਈ ਕਹੇਗਾ ਚੀਫ ਸਕੱਤਰੀ ਦਾ ਰੋਹ ਪਾਉਂਦਾ ਪਿਆ, ਕੋਈ ਕੁਛ ਕਹੇਗਾ ਤਾਂ ਤੁਸੀਂ ਚਲੇ ਜਾਓ। ਕਹਿੰਦੇ ਨਹੀਂ ਨਹੀਂ ਮੈਂ ਮੈਨੂੰ 5 ਮਿੰਟ ਦਾ ਟਾਈਮ ਦਿਓ, ਸੋਚ ਲੈਣ ਦਿਓ ਜੀ। ਕਹਿੰਦੇ ਗੁਰਬਚਨ ਸਿੰਘ ਕਹਿਣ ਲੱਗੇ ਫਿਰ ਆ ਜਾਇਓ ਜੇ, ਕਹਿੰਦੇ ਜੇ 5 ਮਿੰਟ ਬਾਅਦ ਜਾਂਦੇ ਹਨ ਤਾਂ ਫਿਰ ਮੈਂ ਹੀ ਭੇਜ ਦੂੰਗਾ ਇਹਨਾਂ ਨੂੰ ਜੀ। ਅੱਛਾ ਚਲੋ, 5 ਮਿੰਟ 7 ਮਿੰਟ ਲੰਘ ਗਏ, ਮੈਂ ਕਿਹਾ ਸਿੰਘ ਸਾਹਿਬ ਮਨ ਬਣ ਗਿਆ ਨਾ ਜਾਣ ਦਾ ਹੁਣ? ਕਹਿੰਦੇ ਨਹੀਂ। ਮੈਂ ਕਿਹਾ ਮੇਰੀ ਗੱਲ ਬੁਰਾ ਤਾਂ ਨਹੀਂ ਮਨਾਓਗੇ, ਨੇੜੇ ਹੋ ਗਏ ਮੇਰੇ, ਕਹਿੰਦੇ ਦੱਸੋ। ਮੈਂ ਕਿਹਾ ਜਦੋਂ ਛੱਡਿਆ ਤਾਂ ਤੁਹਾਡੇ ਦਸਖਤ ਹੋਏ ਨੇ ਕਰਕੇ, ਅਤੇ ਮੈਂ ਕਿਹਾ ਜਦੋਂ ਤੁਸੀਂ ਉਹਨੂੰ ਸਜ਼ਾ ਦੇਣੀ ਹੈ ਤਾਂ ਵੀ ਤੁਹਾਡੇ ਦਸਖਤ ਹੋਏ ਨੇ, ਲਿਖਤ ਤੋਂ ਬਾਹਰ ਭੇਜਦੇ ਹੁਣ, ਹੁਣ ਤਾਂ ਕਿਹੜੀ ਗੱਲ ਦੇਵੀ ਹੈ? ਉੱਥੇ ਆਪਣੀ ਗੱਲ ਨਵੀਂ ਰੱਖ ਦੇਵੇ, 1 ਕਰੋੜ ਰੁਪਏ ਦੇ ਮਸਲੇ ਨੂੰ ਸੋਚਿਆ ਜਾਵੇ, ਵਿਚਾਰ ਕੀਤਾ ਜਾਵੇ, ਮੇਰੇ 'ਤੇ ਗਲਤ ਐਲੀਗੇਸ਼ਨ, ਗਲਤ ਨਹੀਂ ਕਿਹਾ ਨਾ, ਉਹਨੇ ਕਹਿ ਦਿਓ ਇੱਥੇ ਕੀ ਆਪਾਂ ਮੈਂ ਜਲੂਸ ਕੱਢਦੇ ਪਏ ਸਿੰਘ ਸਾਹਿਬ, ਇੱਦਾਂ ਨਾ ਕਰਿਆ ਕਰੋ। ਨਹੀਂ ਨਹੀਂ ਮੇਰਾ ਮਨ ਨਹੀਂ ਮੰਨਦਾ ਹੈਗਾ, ਤਾਂ ਕਿ ਚੰਗਾ ਜੀ ਫਿਰ ਗੁਰੂ ਫਤਿਹ, ਜੇ ਤੁਹਾਡਾ ਮਨ ਨਹੀਂ ਮੰਨਦਾ ਮੈਂ ਤੁਹਾਡੀ ਰਿਕੁਐਸਟ ਹੀ ਕਰਨਾ ਆਇਆ ਤੁਹਾਨੂੰ। ਜੀ ਜੀ, ਮੈਂ ਉਸ ਤੋਂ ਬਾਅਦ ਅਕਾਲ ਤਖ਼ਤ ਦੇ ਸੈਕਟਰੀਟ 'ਚ ਗਿਆ ਜਿੱਥੇ ਬਾਕੀ ਸਿੰਘ ਸਾਹਿਬ ਬੈਠੇ ਸੀ, ਮੀਟਿੰਗ ਸ਼ੁਰੂ ਨਹੀਂ ਸੀ ਹੋਈ, ਅਤੇ ਮੈਨੂੰ ਕਹਿਣ ਲੱਗੇ ਬੈਠੋ ਇੱਥੇ। ਮੈਂ ਕਿਹਾ ਨਹੀਂ, ਕੱਲ੍ਹ ਉਹ ਕਹਿਣਗੇ ਕਿ ਸ਼ਾਇਦ ਮੈਂ ਸਰਕਾਰ ਦਾ ਸੁਨੇਹਾ, ਅਕਾਲੀ ਸਰਕਾਰ ਸੁਨੇਹਾ ਤੁਹਾਨੂੰ ਲੈ ਕੇ ਮੈਂ ਨਹੀਂ ਬੈਠਣਾ ਇੱਥੇ। ਜੀ ਜੀ, ਮੈਂ ਬੜਾ ਕੇਅਰਫੁਲ ਹਾਂ ਇਸ ਗੱਲੋਂ, ਪੜ੍ਹਨ ਲਿਖਣ ਵਾਲਾ ਬੰਦਾ ਧਿਆਨ ਰੱਖਦਾ, ਗਲਤੀਆਂ ਤਾਂ ਬਹੁਤ ਕਰਦਾ, ਕਿਉਂਕਿ ਮੀਡੀਆ ਵੀ ਤਾਂ ਉੱਥੇ ਹੁੰਦਾ ਹੈ ਤੇ ਉਹ ਦੇਖਦਾ ਸਾਰਾ ਕੁਝ। ਮੈਂ ਕਿਹਾ ਜੀ ਤੁਸੀਂ ਫਿਰ ਬਾਕੀ, ਕਹਿੰਦੇ ਹਾਂ ਜੀ ਬੁਲਾ ਲਿਆ ਬਾਕੀ, ਕਹਿੰਦੇ ਜਗਤਾਰ ਸਿੰਘ ਦੂਜੇ ਜਿਹੜੇ ਬਜ਼ੁਰਗ ਹੈਗੇ ਉਹਨਾਂ ਨੂੰ ਬੁਲਾ ਲਿਆ, ਆਹ ਵੇਖੋ ਕਹਿੰਦੇ ਰਘਵੀਰ ਸਿੰਘ ਵੀ ਆ ਗਏ ਨੇ, ਤੁਸੀਂ ਸਾਰੇ ਬੈਠ ਗਏ ਉੱਥੇ ਆ ਕੇ। ਸੋ ਪਿਆਰੇ ਦਰਸ਼ਕੋ, ਤੁਸੀਂ ਦੇਖਿਆ ਕਿ ਹਰਚੰਦ ਸਿੰਘ ਹੋਰਾਂ ਕੋਲ ਭੰਡਾਰ ਹੈ ਇਨਫੋਰਮੇਸ਼ਨ ਦਾ, ਜਾਣਕਾਰੀ ਦਾ, ਇਸ ਕਿਸਮ ਦੀ ਜਾਣਕਾਰੀ ਜਿਹਦੀ ਸਾਨੂੰ ਬਹੁਤ ਜ਼ਰੂਰਤ ਹੈ, ਜਿਹਦੇ 'ਚ ਸਾਡੀ ਦਿਲਚਸਪੀ ਹੈ। ਸਾਡੀ ਦਿਲਚਸਪੀ ਦਾ ਵੱਡਾ ਕਾਰਨ ਕਿ ਜੋ ਵੀ ਸਿੱਖ ਹੈ ਅੱਜ ਉਹ ਜਿਹੜੇ ਸਿੱਖ ਕੌਮ ਦੇ ਮਸਲੇ ਨਾਲ ਉਹ ਆਪਣੇ ਆਪ ਨੂੰ ਉਸ ਤੋਂ ਬਾਹਰ ਸੋਚ ਵੀ ਨਹੀਂ ਸਕਦਾ, ਅਤੇ ਖਾਸ ਤੌਰ 'ਤੇ ਜਦੋਂ ਬੇਅਦਬੀ ਦੀ ਘਟਨਾ ਹੋਵੇ ਅਤੇ ਬੇਅਦਬੀ ਦੇ ਵਿੱਚ ਇਹ ਗੱਲ ਵੀ ਆਉਂਦੀ ਹੋਵੇ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਬਾਕੀ ਜਥੇਦਾਰ ਸਾਹਿਬਾਨ ਨੇ ਕਿਸ ਤਰੀਕੇ ਨਾਲ ਗੁਰਮੀਤ ਰਾਮ ਰਹੀਮ ਨੂੰ ਮਾਫ਼ ਕੀਤਾ, ਔਰ ਮਾਫ਼ੀ ਤੋਂ ਬਾਅਦ ਜਿਹੜੀ ਮਾਫ਼ੀ ਵਾਪਸੀ ਦੀ ਵੀ ਗੱਲ ਜਿਹੜੀ ਹੈ ਉਹ ਵੀ ਹੁੰਦੀ ਹੈ। ਔਰ ਚੀਫ ਸੈਕਟਰੀ ਦੇ ਹੁੰਦੇ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਕਿ 92 ਲੱਖ ਦੇ ਹਥਿਆਰ ਤੁਹਾਡੇ ਹੱਥਾਂ 'ਚ ਗਏ ਨੇ, ਉਹ ਕਿਵੇਂ ਗਏ ਨੇ, ਇਹ ਸਾਰੀਆਂ ਗੱਲਾਂ 'ਚ ਤੁਹਾਡੀ ਦਿਲਚਸਪੀ ਸੀ, ਔਰ ਇਹਨਾਂ ਨੇ ਆਪਣੇ ਮੁਤਾਬਕ ਜਿਹੜੇ ਹੈ ਉਹਨਾਂ ਗੱਲਾਂ ਦੇ ਬੜੇ ਬੇਬਾਕੀ ਨਾਲ ਜਵਾਬ ਦਿੱਤੇ। ਤੁਹਾਡਾ ਬਹੁਤ ਬਹੁਤ ਧੰਨਵਾਦ,
ਤੁਸੀਂ ਸਾਡੀਆਂ ਖਰੀਆਂ ਗੱਲਾਂ ਦੇ ਖਰੇ ਜਵਾਬ ਦਿੱਤੇ। ਮੇਰੇ ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।